Uncle, auntie, tusi kithe reh gaye? Today we are having an amazing time and I hope everyone makes beautiful memories on my parents' 25th anniversary in Easter Silver Jubilee, and I hope it's a blast. ਬਾਲੀ ਫਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਪਾਚਨ ਵੇ ਵੇ ਮੈਂ ਤਾਂ ਤੇਰੇ ਉੱਤੇ ਸੈਂਟੀ ਹੋਈ ਬਾਲੀ ਫਿਰਦੀ ਕਦੇ ਕਿਸੇ ਨੂੰ ਨਾ ਦਿੱਤਾ ਸੀਗਾ ਪਾਚਨ ਵੇ ਮੈਂ ਹਵਾ ਵਿੱਚ ਪਰੀਆਂ ਦੇ ਵਾਂਗ ਉੱਡਦੀ ਮੈਨੂੰ ਜਿਸ ਦਿਨ ਕਰਤੀ ਤੂੰ ਹਾਂ ਵੇ ਕੈਲਗਿਰੀਆ ਤੂੰ ਛੱਡ ਕੇ ਕੈਲਗਿਰੀਆ ਤੂੰ ਛੱਡ ਕੇ ਉਹ ਗੱਡੀ ਏਅਰਪੋਰਟ ਵੱਲ ਨੂੰ ਤਾਂ ਪਾਸ ਸੋਹਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੁਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੁਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੁਣਿਆ ਹਾਂ ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ ਜੱਟਾ ਵੇ ਹਾਂ ਕਦੋਂ ਤੇਰੀ ਆਊਗੀ ਬਰਾਤ ਜੱਟਾ ਵੇ
ਮੇਰੇ ਦਿਲ ਵਿੱਚ ਰਹਿਣੀ ਇਹੀ ਬਾਤ ਜਟਾਵੇ ਸਹੇਲੀਆਂ ਨੂੰ ਗੋਡੇ ਗੋਡੇ ਚਾ ਚੜਿਆ ਕਹਿਣ ਨੱਚਣਾ ਅਸੀਂ ਤਾਂ ਸਾਰੀ ਰਾਤ ਜਟਾਵੇ ਕਰੀਨਾ ਕੰਜੂਸੀ ਮੁੰਡਿਆ ਕਰੀਨਾ ਕੰਜੂਸੀ ਮੁੰਡਿਆ ਮੈਨੂੰ ਭਾਰੀ ਜਿਹੀ ਰਿੰਗ ਦੇ ਤੂੰ ਪਾਸ ਹੋਣਿਆ ਓ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆ ਵੇ ਮੈਂ ਤਾਂ ਬੇਬੇ ਬਾਪੂ ਕਦੋਂ ਦੇ ਮਨਾਈ ਫਿਰਦੀ ਮੁੰਡਾ ਮਾਣਕਾਂ ਦਾ ਬਾਂਹ ਤੇ ਲਿਖਾਈ ਫਿਰਦੀ ਵੇ ਮੈਂ ਤਾਂ ਬੇਬੇ ਬਾਪੂ ਕਦੋਂ ਦੇ ਮਨਾਈ ਫਿਰਦੀ ਮੁੰਡਾ ਮਾਣਕਾਂ ਦਾ ਬਾਂਹ ਤੇ ਲਿਖਾਈ ਫਿਰਦੀ ਮੈਨੂੰ ਭੇਟ ਵਸ ਤੇਰੇ ਇੱਕ ਫੋਨ ਕਾਲ ਦੀ ਮੈਂ ਤਾਂ ਇੰਡੀਆ ਦੀ ਟਿਕਟ ਕਰਾਈ ਫਿਰਦੀ ਡੈਡ ਖੁੱਲਾ ਪੈਸਾ ਲਾਉਣਗੇ ਡੈਡ ਖੁੱਲਾ ਪੈਸਾ ਲਾਉਣਗੇ ਉਹ ਦੇਖੀ ਡਾਲਰਾਂ ਦੀ ਕਰ ਦੇਣੀ ਸ਼ਾਂ ਸੋਹਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆ ਸਾਰਾ ਪਿੰਡ ਦੇਖੂ ਖੜ ਕੇ ਹੋਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੋਹਣਿਆ ਤੇਨੂੰ ਸੈਰ ਕਰਾਂ ਅੰਬਰ ਤੋਂ ਕਿਤੇ ਤੈਨੂੰ ਦੂਰ ਲੈ ਜਾਂ ਪਿਆਰ ਦੀਆਂ
चाहिए भी ना यार नहीं होते साले कहते इतने आ समझ लो इस करके अभी तो यार नाल भरा मारा है साड़ी इतने छे फैमिलियां शिली साहब गल सुनियो एक्स एक्स फरलौती कंपनी के मालिक उस तो बाद आए थे जी बिट्टू साहब ਸਾਡੇ ਬਿਲਡਰ ਉਹ ਤੋਂ ਬਾਅਦ ਆਏ ਨੇ ਸਾਡੇ ਵਿੱਕੀ ਸਾਹਿਬ ਆ ਵੇਖੋ ਜੀ ਇਹ ਟਰਾਲੇ ਟਰਾਲਿਆਂ ਦੇ ਮਾਲਕ ਉਹ ਤੋਂ ਬਾਅਦ ਆਏ ਸਾਡੇ ਪਰਸ਼ੋਤਮ ਸਾਹਿਬ ਇਹ ਪਰਸ਼ੋਤਮ ਸਾਹਿਬ ਨਹੀਂ ਪੀ ਐਲ ਗੋਗਲਾ ਸਾਹਿਬ ਠੀਕ ਜੀ ਉਹ ਤੋਂ ਬਾਅਦ ਸਾਡੇ ਇੱਕ ਬੜੇ ਅਜੀਜ਼ ਮਹਿਮਾਨ ਬਬਲੂ ਸਾਹਿਬ ਪੁਰਤਗਾਲ ਤੋਂ ਆਏ ਨੇ ਤੇ ਸਾਡਾ ਬੜਾ ਮਾਣ ਹੁੰਦਾ ਹੈ ਉਹਨਾਂ ਨੇ ਫਿਰ ਮੇਰੇ ਭਾਂਜੇ ਇੱਥੇ ਉੱਥੇ ਬੈਠੇ ਆ ਓਏ ਹੋਏ ਹਾਂਜੀ ਇੱਕ ਆਇਆ ਸਕਾਟਲੈਂਡ ਤੋਂ ਇੱਕ ਆਇਆ ਇਟਲੀ ਤੋਂ ਠੀਕ ਹੈ ਜੀ ਇੱਕ ਸਾਡੇ ਜੀਜਾ ਸ਼੍ਰੀ ਇੱਥੇ ਬੈਠੇ ਨੇ ਲਾਲ ਰੰਗ ਦੀ ਪਗੜੀ ਬੰਨ ਕੇ ਸੇਠ ਸਾਹਿਬ ਜਦੋਂ ਮਰਜ਼ੀ ਸਾਨੂੰ ਨੱਪ ਲੈਂਦੇ
ਇਹਨਾਂ ਤੋਂ ਵੀ ਸਭ ਤੋਂ ਵੱਡੇ ਹੈਗੇ ਸਾਡੇ ਵੱਡੇ ਭਾਈ ਸਾਹਿਬ ਜੇਕੇ ਸਾਹਿਬ। ਚੰਨ ਨਾਲ ਚਾਨਣੀ ਦੇਵੇ ਨਾਲ ਲੋ ਮਾਈਆ, ਤੇਰੀ ਮੇਰੀ ਇੱਕ ਜਿੰਦੜੀ ਵੇਖਣੀ ਨੀ ਥੋ ਮਾਈਆ। ਸਾਡੇ ਵਿੱਕੀ ਭਾਅ ਜੀ ਨੇ ਕਿਹਾ ਨਾ ਵੀ ਇਹ ਸਾਡੀਆਂ ਫੈਮਲੀਆਂ ਸਾਡੀਆਂ ਵਾਢੀਆਂ ਉਹਨੇ, ਬਾਕੀ ਤਾਂ ਲੈ ਕੇ ਚਲੇ ਗਏ ਸਾਡੀਆਂ ਜਿਹੜੀਆਂ ਰਹਿਗੀਆਂ। ਸਾਡੀਆਂ ਦੋ ਦੋ ਮਾਵਾਂ ਇੱਥੇ, ਸਾਡੀਆਂ ਦੋ ਦੋ ਮਾਵਾਂ ਇੱਥੇ। ਦੇਖੋ ਬੰਦੇ ਨੂੰ ਇੱਕ ਨਹੀਂ ਮਿਲਦੀ, ਸਾਨੂੰ ਦੋ ਮਿਲੀਆਂ। ਸਾਡੇ ਨਾਲੋਂ ਵੱਡਾ ਲੱਕੀ ਬੰਦਾ ਕਿਹੜਾ ਹੋ। ਇੱਥੇ ਜਿੰਦੇ ਰਹੋ।